ਪੰਜਾਬ 'ਚ ਕਾਂਗਰਸ ਦੀ ਅੰਦਰੂਨੀ ਫੁੱਟ ਇੱਕ ਵਾਰ ਫੇਰ ਸਾਹਮਣੇ ਆ ਰਹੀ ਹੈ। ਨਵਜੋਤ ਸਿੱਧੂ ਦਾ ਕੈਪਟਨ ਬਾਰੇ ਦਿੱਤਾ ਬਿਆਨ ਹਾਲੇ ਠੰਡਾ ਨਹੀਂ ਹੋਇਆ ਕਿ ਹੁਣ ਕਾਂਗਰਸ ਦੇ ਰਾਜ ਸਭਾ ਮੈਂਬਰ ਪ੍ਰਤਾਪ ਸਿੰਘ ਬਾਜਵਾ ਨੇ ਕੈਪਟਨ ਸਰਕਾਰ ਦੇ ਖਿਲਾਫ਼ ਮੋਰਚਾ ਖੋਲ੍ਹ ਦਿੱਤਾ। ਗੰਨਾ ਕਿਸਾਨਾਂ ਦੇ ਹੱਕ 'ਚ ਪ੍ਰਤਾਪ ਸਿੰਘ ਬਾਜਵਾ ਨੇ ਚੇਤਾਵਨੀ ਦਿੱਤੀ ਹੈ ਕਿ ਜੇਕਰ ਸਰਕਾਰ ਕੋਈ ਸੁਣਵਾਈ ਨਹੀਂ ਕਰੇਗੀ ਤਾਂ ਉਹ ਹਾਈਕੋਰਟ ਦਾ ਦਰਵਾਜ਼ਾ ਖੜਕਾਉਣਗੇ। ਜਿਹੜੇ ਦੁਆਬੇ ਦੇ ਅਤੇ ਮਾਝੇ ਦੇ ਬਹੁਤ ਸਾਰੇ ਏਰੀਆਜ਼ ਨੇ, ਉਹਨਾਂ ਵਿੱਚ ਇੱਕ ਬਹੁਤ ਗੰਭੀਰ ਸਿਚੁਏਸ਼ਨ ਬਣੀ ਹੈ। ਅੱਜ ਸਮੁੱਚਾ ਹੁਸ਼ਿਆਰਪੁਰ, ਜਲੰਧਰ, ਕਪੂਰਥਲਾ, ਗੁਰਦਾਸਪੁਰ, ਇਹ ਸਾਰੀ ਬੈਲਟ ਦੇ ਵਿੱਚ ਕਿਸਾਨਾਂ ਨੇ ਵੱਡੇ ਪੈਮਾਨੇ 'ਤੇ ਜਾਮ ਲਗਾਇਆ। ਇਹ ਮਸਲਾ ਹੈ ਸ਼ੂਗਰ ਮਿੱਲਾਂ ਨਾਲ ਜੁੜਿਆ ਹੋਇਆ, ਅਤੇ ਮੇਰੀ ਵਿਸ਼ੇਸ਼ ਅਪੀਲ ਅੱਜ ਗਵਰਨਮੈਂਟ ਆਫ ਪੰਜਾਬ ਕੋਲੋਂ ਅਤੇ ਚੀਫ ਮਿਨਿਸਟਰ ਪੰਜਾਬ ਨੂੰ ਇਹ ਹੈ ਕਿ ਵੇਖੋ, ਗਵਰਨਮੈਂਟ ਆਫ ਪੰਜਾਬ ਬੜੀ ਦੇਰ ਤੋਂ ਇਹ ਅਪੀਲ ਕਰਦੀ ਆਈ ਹੈ ਕਿਸਾਨਾਂ ਨੂੰ ਕਿ ਪੰਜਾਬ ਦੇ ਵਿੱਚ ਡਿਵਰਸੀਫਿਕੇਸ਼ਨ ਆਫ ਕਰੋਪਸ ਚਾਹੀਦੀ। ਸਾਨੂੰ ਝੋਨੇ ਨੂੰ ਅਤੇ ਕਣਕ ਨੂੰ ਛੱਡ ਕੇ ਕੋਈ ਹੋਰ ਫਸਲ ਬੀਜਣੀ ਚਾਹੀਦੀ, ਅਤੇ ਇਹਨਾਂ ਦੀ ਇਸ ਅਪੀਲ ਨੂੰ ਮੱਦੇਨਜ਼ਰ ਰੱਖਦੇ ਹੋਏ ਸਾਡੇ ਏਰੀਏ ਦੇ ਦੁਆਬੇ ਦੇ ਅਤੇ ਮਾਝੇ ਦੇ ਬਹੁਤ ਸਾਰੇ ਜ਼ਿਮੀਦਾਰਾਂ ਨੇ ਝੋਨਾ ਅਤੇ ਕਣਕ ਛੱਡ ਕੇ ਜਿਹੜੀ ਕਮਾਦ ਦੀ ਫਸਲ ਸੀ, ਸ਼ੂਗਰ ਕੇਨ ਦੀ ਫਸਲ ਹੈ, ਇਹਨੂੰ ਅਪਣਾਇਆ। ਬਟ ਮੈਨੂੰ ਬੜੇ ਅਫਸੋਸ ਨਾਲ ਕਹਿਣਾ ਪੈ ਰਿਹਾ ਕਿ ਤਕਰੀਬਨ 200 ਕਰੋੜ ਰੁਪਈਆ ਕੋਪਰੇਟਿਵ ਮਿੱਲਾਂ ਦਾ ਅਤੇ 200 ਕਰੋੜ ਹੀ ਪ੍ਰਾਈਵੇਟ ਮਿੱਲਾਂ ਦਾ ਜੇ ਬਕਾਇਆ ਇੱਕ ਸਾਲ ਦਾ ਸਾਡੇ ਇਹਨਾਂ ਸਾਰੇ ਹਲਕਿਆਂ ਦੇ ਕਿਸਾਨਾਂ ਦਾ ਬਕਾਇਆ ਰਹਿੰਦਾ। ਅਸੀਂ ਉਹਨਾਂ ਦੇ ਨੁਮਾਇੰਦੇ ਹਾਂ, ਅਸੀਂ ਉਹਨਾਂ ਦੇ ਰਿਪ੍ਰੈਜੈਂਟੇਟਿਵ ਹਾਂ। ਅੱਜ ਅਸੀਂ ਜਿਸ ਵੀ ਪੋਜੀਸ਼ਨ 'ਚ ਹੈ ਹਾਂ, ਅੱਜ ਉਹਨਾਂ ਦੇ ਇਸ ਆਸ਼ੀਰਵਾਦ ਸਦਕਾ ਹੈ। ਅਤੇ ਮੈਂ ਵਿਸ਼ੇਸ਼ ਤੌਰ ਗਵਰਨਮੈਂਟ ਆਫ ਪੰਜਾਬ ਨੂੰ ਅਪੀਲ ਕਰਾਂਗਾ ਕਿ ਦੇਸ਼ ਦੀ ਆਜ਼ਾਦੀ ਤੋਂ ਬਾਅਦ ਪਹਿਲੀ ਦਫ਼ਾ 2/3 ਮਜੋਰਟੀ ਦੇ ਨਾਲ ਪੰਜਾਬ ਦੇ ਲੋਕਾਂ ਨੇ ਸਾਨੂੰ ਵੱਡਾ ਇੱਕ ਮੈਂਡੇਟ ਦੇ ਕੇ ਸਾਨੂੰ ਸਰਕਾਰ 'ਚ ਲੈ ਕੇ ਆਉਂਦਾ। ਮੇਰੀ ਅਪੀਲ ਹੈ ਕਿ ਇਮੀਜੀਏਟਲੀ ਸਾਰਿਆਂ ਨੂੰ ਪਹਿਲੇ ਨੰਬਰ 1 ਅਪੀਲ ਹੈ ਕਿ ਪਿਛਲੇ ਸਾਲ ਸਾਰੀ ਸ਼ੂਗਰ ਜਿਹੜੀ ਮਿੱਲਾਂ ਹੈ ਨੇ, ਕੋਪਰੇਟਿਵ ਅਤੇ ਪ੍ਰਾਈਵੇਟ, ਇਹ ਨਵੰਬਰ ਦੇ ਪਹਿਲੇ ਹਫ਼ਤੇ ਚੱਲ ਪਈਆਂ ਸੀ। ਅੱਜ ਕੋਪਰੇਟਿਵ ਮਿੱਲਾਂ ਕੋਈ ਚੱਲੀਆਂ ਨੇ, ਪ੍ਰਾਈਵੇਟ ਮਿੱਲਾਂ ਜਿਹੜੀਆਂ ਨੇ ਅਜੇ ਤੱਕ ਬੰਦ ਨੇ, 1 ਮਹੀਨਾ ਹੋ ਚੁੱਕਿਆ। ਅਤੇ ਸਾਨੂੰ ਇਹ ਵੱਡਾ ਖਦਸ਼ਾ ਹੈ ਕਿ ਪ੍ਰਾਈਵੇਟ ਮਿੱਲਾਂ ਅਤੇ ਕੋਪਰੇਟਿਵ ਮਿੱਲਾਂ ਜਿੰਨਾ ਕਮਾਦ ਹੁਸ਼ਿਆਰਪੁਰ, ਜਲੰਧਰ, ਗੁਰਦਾਸਪੁਰ, ਇਹ ਸਾਰੀ ਬੈਲਟ ਦਾ ਹੈ, ਇਹ ਆਪਣੇ ਸੀਜ਼ਨ ਵਿੱਚ ਪੀੜ ਨਹੀਂ ਸਕਣਗੇ। ਨੰਬਰ 1 ਚੀਜ਼ ਹੈ ਕਿ ਇਮੀਜੀਏਟਲੀ ਗਵਰਨਮੈਂਟ ਆਫ ਪੰਜਾਬ ਇੰਟਰਵੀਨ ਕਰੇ, ਮਿੱਲਾਂ ਨੂੰ ਚਲਵਾਏ। ਨੰਬਰ 2 ਇਹ ਹੈ ਕਿ ਸਾਰਿਆਂ ਨੂੰ ਪਹਿਲੇ ਰੇਟ ਜਿਹੜਾ ਹੈ, ਜਿਹੜੇ ਪਿਛਲੇ ਪੈਸੇ ਬਕਾਇਆ ਰਹਿੰਦੇ ਨੇ, ਸਾਰੇ ਕਿਸਾਨਾਂ ਨੂੰ ਦਿੱਤੇ ਜਾਣ। ਤੀਸਰੀ ਮੇਰੀ ਮੰਗ ਹੈ ਕਿ 310 ਰੁਪਏ ਦਾ ਰੇਟ, ਜਿਹਨੂੰ SAP ਕਹੀਦਾ, ਉਹਨੂੰ ਕਹਿੰਦੇ ਨੇ ਸਟੇਟ ਐਗਰੀਡ ਪ੍ਰਾਈਸ, ਇਹ ਇੰਡੀਆ ਨੇ ਜਿਹੜਾ ਰੇਟ ਡਿਸਾਈਡ ਕੀਤਾ 275 ਰੁਪਏ, ਅਸੀਂ ਇਕੱਲੇ ਉਹਦੇ ਨਾਲ ਦੇਣੇ ਨੇ, ਅਤੇ 35 ਰੁਪਏ ਜਿਹੜੇ ਬਕਾਇਆ ਨੇ ਉਹ ਗਵਰਨਮੈਂਟ ਆਫ ਪੰਜਾਬ ਦੇ ਸਨ। ਤੋ ਮੈਂ ਚਾਹੁੰਦਾ ਜਲਦੀ ਤੋਂ ਜਲਦੀ ਗਵਰਨਮੈਂਟ ਆਫ ਪੰਜਾਬ ਇੰਟਰਵੀਨ ਕਰੇ, 310 ਰੁਪਏ ਮਿਨੀਮਮ ਜਿਹੜਾ ਹੈ। ਮੇਰੀ ਤਾਂ ਵੈਸੇ ਮੰਗ ਹੈ ਕਿ ਹਰਿਆਣਾ ਦੇ ਨਾਲ ਇਹ ਮਿਲਦੀ ਹੋਈ ਪ੍ਰਾਈਸ ਦੇਣੀ ਚਾਹੀਦੀ। ਹਰਿਆਣੇ ਵਿੱਚ ਅੱਜ ਜ਼ਿਮੀਦਾਰ ਨੂੰ 330 ਰੁਪਏ ਮਿਲ ਰਹੇ, UP ਵਿੱਚ ਪ੍ਰਾਈਸ ਹੈ 320 ਰੁਪਏ ਪਰ ਕੁਇੰਟਲ, ਹਰਿਆਣਾ 'ਚ ਕੀਮਤ ਹੈ 330 ਰੁਪਏ, ਪੰਜਾਬ ਦੇ ਰਿਹਾ ਪਿਛਲੇ ਸਾਲ 310 ਰੁਪਏ। ਅਤੇ ਕਿਸਾਨਾਂ ਨੂੰ ਅਖੀਰ ਮੇਰੀ ਮੰਗ ਇਹ ਹੈ ਕਿ 1 ਸਾਲ ਕੋਪਰੇਟਿਵ ਮਿੱਲਾਂ ਨੇ ਅਤੇ ਪ੍ਰਾਈਵੇਟ ਮਿੱਲਾਂ ਨੇ ਕਿਸਾਨਾਂ ਦੇ ਪੈਸੇ ਜਿਹੜੇ ਵਰਤੇ ਨੇ, ਉਹਨਾਂ ਨੂੰ ਪੇਮੈਂਟ ਦੇ ਨਾਲ ਨਾਲ ਬੈਂਕ ਇੰਟਰਸਟ ਵੀ ਜਿਹੜਾ ਹੈ, ਸੂਦ ਜਿਹੜਾ ਹੈ, ਬੈਂਕ ਰੇਟ 'ਤੇ ਉਹਨਾਂ ਨੂੰ ਦੇਣਾ ਚਾਹੀਦਾ। ਸਾਨੂੰ ਇਹ ਪੰਜਾਬ ਦੇ ਕਿਸਾਨਾਂ ਦੇ ਨਾਲ ਬਕਾਇਦਾ ਤੌਰ
ਉਹਨਾਂ ਦਾ ਮਾਰਿਆ ਹੋਇਆ ਹੱਕ ਵਾਪਸ ਦੇਣ ਦੀ ਲੋੜ ਹੈ, ਉਹਨਾਂ ਦਾ ਜਸਟਿਸ ਕਰਨ ਦੀ ਲੋੜ ਹੈ। ਅਤੇ ਮੈਂ ਇਹ ਵੀ ਇੱਕ ਚੇਤਾਵਨੀ ਦੇਣਾ ਚਾਹੁੰਦਾ ਕਿ ਜੇ ਪ੍ਰਾਈਵੇਟ ਮਿੱਲਾਂ ਨੇ ਅਤੇ ਕੋਪਰੇਟਿਵ ਮਿਲਜ਼ ਨੇ ਪੰਜਾਬ ਦੇ ਕਿਸਾਨਾਂ ਨੂੰ ਪਿਛਲੇ ਸਾਲ ਜਿੰਨੀ ਦੇਰ ਉਹਨਾਂ ਨੇ ਰਕਮ ਵਰਤੀ ਹੈ ਉਸ ਨੂੰ ਇੰਟਰਸਟ ਨਹੀਂ ਦਿੰਦੇ, ਤਾਂ ਮੈਨੂੰ ਬੜੇ ਭਾਰੀ ਦਿਲ ਨਾਲ ਕਹਿਣਾ ਪੈਂਦਾ ਕਿ ਹੋ ਸਕਦਾ ਮੈਨੂੰ ਹਾਈਕੋਰਟ ਦੇ ਦਰਵਾਜ਼ੇ ਐਜ਼ ਏ ਮੈਂਬਰ ਆਫ ਪਾਰਲੀਮੈਂਟ, ਭਾਵੇਂ ਮੈਂ ਕਾਂਗਰਸ ਪਾਰਟੀ ਨਾਲ ਤੁਲਕ ਰੱਖਣਾ, ਕਾਂਗਰਸ ਦੀ ਨੁਮਾਇੰਦਗੀ ਕਰਨਾ, ਹੋ ਸਕਦਾ ਮੈਨੂੰ ਇਹਨਾਂ ਅਦਾਰਿਆਂ ਦੇ ਖਿਲਾਫ਼ ਹਾਈਕੋਰਟ ਦੇ ਦਰਵਾਜ਼ੇ ਖਟਖਟਾਉਣੇ ਪੈਣ ਪੰਜਾਬ ਦੇ ਕਿਸਾਨ ਨੂੰ, ਪੰਜਾਬ ਦਾ ਉਹਦਾ ਪੂਰਾ ਹੱਕ ਦਿਵਾਉਣ ਦੇ ਵਿੱਚ ਅਤੇ ਉਹਨੂੰ ਜਸਟਿਸ ਦਿਵਾਉਣ ਦੇ ਵਿੱਚ। ਸੋ ਇਹ ਅੱਜ ਮੇਰੀ ਵਿਸ਼ੇਸ਼ ਅਪੀਲ ਗਵਰਨਮੈਂਟ ਆਫ ਪੰਜਾਬ ਨੂੰ, ਸੀਐਮ ਪੰਜਾਬ ਨੂੰ ਹੈ ਕਿ ਨੰਬਰ 1 ਗੰਨੇ ਦੀਆਂ ਮਿੱਲਾਂ ਜਲਦੀ ਤੋਂ ਜਲਦੀ ਚਲਵਾਈਆਂ ਜਾਣ। ਪੰਜਾਬ ਦੇ ਕਿਸਾਨ ਜਿਹੜੇ ਸੜਕਾਂ 'ਤੇ ਬੈਠੇ ਨੇ, ਮਿੱਲਾਂ ਦੇ ਬਾਹਰ ਬੈਠੇ ਨੇ, ਉਹਨਾਂ ਦਾ ਧਰਨਾ ਉਠਵਾਇਆ ਜਾਏ ਇਮੀਜੀਏਟਲੀ। ਉਹਨਾਂ ਨੂੰ ਪੂਰੀ ਜਿਹੜੀ ਸਟੇਟ ਦੀ ਐਗਰੀਡ ਪ੍ਰਾਈਸ ਹੈ 310 ਰੁਪਏ ਦੀ, ਉਹਦੇ ਕਰਨ ਵਾਸਤੇ ਆਇਆ। ਅਤੇ ਇਹ ਅਪੀਲ ਮੀਡੀਆ ਦੇ ਜ਼ਰੀਏ ਮੈਂ ਸਮਝਣਾ ਕਿ ਰਾਈਟ ਕੁਆਟਰਸ ਕੋ ਪਹੁੰਚੇਗੀ ਅਤੇ ਇਸ ਦੀ ਗੰਭੀਰਤਾ ਨੂੰ ਵਿਚਾਰਦੇ ਹੋਏ ਜਲਦੀ ਤੋਂ ਜਲਦੀ, ਇੰਨੀ ਸਰਦੀ ਦੇ ਵਿੱਚ ਕਿਸਾਨ ਆਪਣੇ ਪਰਿਵਾਰਾਂ ਨੂੰ ਛੱਡ ਕੇ ਧਰਨਿਆਂ 'ਤੇ ਬੈਠੇ ਨੇ, ਮੈਂ ਉਹਨਾਂ ਨੂੰ ਵੀ ਅਪੀਲ ਕਰਾਂਗਾ, ਸਾਰੇ ਕਿਸਾਨ ਜਥੇਬੰਦੀਆਂ ਨੂੰ, ਕਿਸਾਨ ਵੀਰਾਂ ਨੂੰ ਵੀ ਕਿ ਤੁਹਾਡੀ ਲੜਾਈ ਅਸੀਂ ਲੜ ਰਹੇ ਹਾਂ, ਫਿਕਰ ਤੁਸੀਂ ਕਰੋ ਨਾ, ਗਵਰਨਮੈਂਟ ਆਫ ਪੰਜਾਬ ਵੀ ਤੁਹਾਡੀ ਸੁਣਵਾਈ ਪੂਰੀ ਕਰੇਗੀ। ਮੈਨੂੰ ਪੂਰਨ ਵਿਸ਼ਵਾਸ ਹੈ ਕਿ ਤੁਹਾਡੀਆਂ ਵੋਟਾਂ ਨਾਲ ਇਲੈਕਟ ਹੋ ਕੇ ਗਵਰਨਮੈਂਟ ਆਫ ਪੰਜਾਬ ਬਣੀ ਹੈ, ਇਹ ਹਰ ਤੁਹਾਡੀ ਖੁਸ਼ੀ ਦੇ ਗਮੀ ਵਿੱਚ ਤੁਹਾਡੇ ਨਾਲ ਹੈ, ਤੁਹਾਨੂੰ ਪੂਰਨ ਹੱਕ ਅਸੀਂ ਵੀ ਦਵਾਵਾਂਗੇ ਅਤੇ ਉਹ ਵੀ ਤੁਹਾਨੂੰ ਜ਼ਰੂਰ ਦੇਣਗੇ। ਸੋ ਮੇਰੀ ਤਾਂ ਇੱਕ ਅਪੀਲ ਕਰਨ ਵਾਸਤੇ ਅੱਜ ਗਵਰਨਮੈਂਟ ਆਫ ਪੰਜਾਬ ਨੂੰ ਇਹ ਹੈ ਕਿ ਫਾਰਮਰ ਬੈਠੇ ਨੇ, ਟਾਈਮ ਬਹੁਤ ਕੀਮਤੀ ਟੱਪਦਾ ਜਾ ਰਿਹਾ। ਮੈਨੂੰ ਇਸ ਗੱਲ ਦਾ ਖਦਸ਼ਾ ਹੈ ਕਿ ਹੋ ਸਕਦਾ ਕਿ ਜੇ ਅਸੀਂ ਟਾਈਮ ਸਿਰ ਇਹ ਗੰਨੇ ਦੀਆਂ ਮਿੱਲਾਂ ਚਲਾਈਆਂ ਨਾ ਤਾਂ ਇਹਨਾਂ ਕੋਲ ਕ੍ਰੈਸ਼ਿੰਗ ਨਹੀਂ ਹੋਣੀ, ਸਾਡੇ ਕੋਲ ਫਸਲ ਜ਼ਿਆਦਾ ਖਰੀਦ ਰਹਿ ਜਾਣੀ ਹੈ ਅਤੇ ਲੋਕਾਂ ਨੂੰ ਹੋ ਸਕਦਾ ਆਪਣੀਆਂ ਪੈੜੀਆਂ ਦੇ ਵਿੱਚ ਗੰਨਿਆਂ ਨੂੰ ਅੱਗ ਲਾਉਣੀ ਪਏ, ਅਤੇ ਸਾਡੇ ਵਾਸਤੇ ਇੱਕ ਬਹੁਤ ਵੱਡੀ ਇੱਕ ਦੁਬਿਧਾ ਬਣਨੀ ਹੈ ਲੋਕਾਂ ਦੀ ਵੀ, ਇਹਦੇ ਨਾਲ ਗਵਰਨਮੈਂਟ ਦੇ ਅਕਸ ਨੂੰ ਵੀ ਬਹੁਤ ਵੱਡਾ ਧੱਕਾ ਲੱਗਦਾ। ਤੋ ਮੇਰੀ ਅਪੀਲ ਹੈ ਕਿ ਕਿਰਪਾ ਕਰਨ ਜਲਦੀ ਤੋਂ ਜਲਦੀ ਇਹ ਜਿਹੜਾ ਮੈਟਰ ਹੈ ਭਾਵੇਂ ਪ੍ਰਾਈਵੇਟ ਬਿਲਰਸ ਨਾਲ ਜਿਸ ਤਰ੍ਹਾਂ ਬੈਠ ਕੇ ਮਿਲ ਬੈਠ ਕੇ ਕਰਨ ਜੀ, ਇਹ ਗਵਰਨਮੈਂਟ ਆਫ ਪੰਜਾਬ ਹੈਜ਼ ਟੂ ਸੌਟ ਇਟ ਆਊਟ, 35 ਰੁਪਏ ਜਾਂ ਉਹਨਾਂ ਕੋਲ ਦਵਾਣੀ ਆਪ ਦੇਣ ਕੁਝ ਨਾ ਕੁਝ ਕਰਨ ਜੀ। ਕਿਸਾਨਾਂ ਨੂੰ ਇਸ ਗੱਲ ਦਾ ਰਗੜਾ ਨਾ ਮਿਲਣਾ ਚਾਹੀਦਾ, ਕਿਸਾਨਾਂ ਦਾ ਜਿਹੜਾ ਹੱਕ ਹੈ ਪੂਰੇ ਸਾਲ ਦੀ ਪੇਮੈਂਟਸ ਨਹੀਂ ਹੋਈਆਂ ਉਹਨਾਂ ਨੂੰ ਦਵਾਣ। ਨਵਜੋਤ ਸਿੱਧੂ ਅਤੇ ਕੈਪਟਨ ਵਿਵਾਦ ਤੇ ਵੀ ਪ੍ਰਤਾਪ ਸਿੰਘ ਬਾਜਵਾ ਨਸੀਹਤਾਂ ਦਿੰਦੇ ਨਜ਼ਰ ਆਏ। ਦੇਖੋ ਇੱਕ ਮੇਰਾ ਪੱਕਾ ਮਾਨਣਾ ਹੈ ਕਿ ਰਾਹੁਲ ਗਾਂਧੀ ਜੀ ਬਹੁਤ ਮਿਹਨਤ ਕਰ ਰਹੇ, ਸਾਰੇ ਹਿੰਦੁਸਤਾਨ ਮੇਂ ਕਾਂਗਰਸ ਕਾ ਪਰਚਮ ਲੇਕਰ ਜਾ ਰਹੇ। ਹਮੇ ਕਿਸੀ ਵੀ ਪੋਲੀਟੀਕਲ ਲੀਡਰ ਕੋ, ਕਾਂਗਰਸ ਕੀ ਮੈਂ ਬਾਤ ਕਰ ਰਹਾ ਹੂੰ, ਕਿਸੀ ਵੀ ਆਦਮੀ ਕੋ ਐਸਾ ਕਾਮ ਨਹੀਂ ਕਰਨਾ ਚਾਹੀਏ ਕਿ 2019 ਕੀ ਇਲੈਕਸ਼ਨ ਹਮਾਰੇ ਲਈ ਇੱਕ ਬਹੁਤ ਇੰਪੋਰਟੈਂਟ ਇਲੈਕਸ਼ਨ, ਇੱਕ ਤਰਫ ਮੋਦੀ ਇੱਕ ਤਰਫ ਸੈਕੁਲਰ ਫੋਰਸਿਸ, ਅਗਰ ਹਮਨੇ ਮੋਦੀ ਕੀ ਸਰਕਾਰ ਕੋ ਇੱਕ ਤਰਫ ਕਰਨਾ ਹੈ ਤੋ ਐਵਰੀਬਡੀ ਮਸਟ ਯੂਨਾਈਟਿਡਲੀ ਪਲੇ ਅ ਰੋਲ, ਕੁਛ ਐਸਾ ਕਾਮ ਨਹੀਂ ਹਮੇ ਕਿਸੀ ਕੋ ਵੀ ਕਰਨਾ ਚਾਹੀਏ ਜਿਸਕੇ ਸਾਥ ਕਾਂਗਰਸ ਕੀ ਜੋ ਇੱਕ ਬੜਤੀ ਹੋਈ ਲੋਗੋ ਮੇਂ ਇੱਕ ਲੋਗੋ ਕੋ ਉਮੀਦ ਹੈ ਉਸਮੇ ਉਸਮੇ ਕਹੀਂ ਨਾ ਕਹੀਂ ਕਮੀ ਪੇਸ਼ੀ ਆਏ। ਤੋ ਹਮੇ ਆਪਣੇ ਅਗਰ ਕਿਸੀ ਕੇ ਪਾਸ ਕੋਈ ਦਿਲ ਮੇਂ ਕੋਈ ਬਾਤ ਵੀ ਹੈ, ਇਹ ਸਾਰੀ ਬਾਤੇ ਬਾਹਰ ਕੇ ਬਜਾਏ ਅੰਦਰ ਸਮੇਟ ਕਰ ਬਾਤੇ ਕੀ ਜਾ ਸਕਦੀ ਹੈ। ਸੋ ਵਟ ਆਈ ਫੀਲ ਇਜ਼ ਕਿ ਵੀ ਹਮੇ ਉਨਕੇ ਹੱਥ ਮਜ਼ਬੂਤ ਕਰਨੇ ਚਾਹੀਏ, ਕਮਜ਼ੋਰ ਨਹੀਂ ਕਰਨੇ ਚਾਹੀਏ, ਇਹ ਮੇਰੀ ਅਪੀਲ ਹੈ। ਕਰਤਾਰਪੁਰ ਲਾਂਘੇ ਤੇ ਜੋ ਸਿਆਸੀ ਲਾਹਾ ਲਿਆ ਜਾ ਰਿਹਾ ਉਸ ਉੱਤੇ ਪ੍ਰਤਾਪ ਸਿੰਘ ਬਾਜਵਾ ਨੇ ਇਸ ਤਰੀਕੇ ਦੇ ਨਾਲ ਤੰਜ ਕੱਸਿਆ। ਦੇਖੋ ਜੀ, ਕ੍ਰੈਡਿਟ ਜਿਹੜਾ ਕਰਤਾਰਪੁਰ ਦਾ, ਬੇਸਿਕਲੀ ਇਟ ਗੋਜ਼ ਟੂ ਗਵਰਨਮੈਂਟ ਆਫ ਇੰਡੀਆ,
ਇਟ ਗੋਜ਼ ਟੂ ਦੀ ਗਵਰਨਮੈਂਟ ਆਫ ਪੰਜਾਬ ਐਂਡ ਇਟ ਗੋਜ਼ ਟੂ ਦੀ ਗਵਰਨਮੈਂਟ ਆਫ ਪਾਕਿਸਤਾਨ ਆਲਸੋ। ਇਹ ਤਿੰਨ ਵੇਖੋ, ਕਰਤਾਰਪੁਰ ਸਾਹਿਬ ਹੈ ਪਾਕਿਸਤਾਨ 'ਚ, ਜੇ ਤਿੰਨਾਂ ਦੇ ਵਿੱਚੋਂ ਕੋਈ ਵੀ ਭਾਗੀਦਾਰ ਨਾ ਹੁੰਦਾ ਤਾਂ ਇਹ ਖੁੱਲ੍ਹ ਨਹੀਂ ਸੀ ਸਕਦਾ। ਤੋ ਮੈਂ ਸਮਝਣਾ ਇਹਦਾ ਅਸਲ ਕ੍ਰੈਡਿਟ ਜਾਂਦਾ ਹੈ ਕਰੋੜਾਂ ਸਿੱਖਾਂ ਨੂੰ ਅਤੇ ਕਰੋੜਾਂ ਪੰਜਾਬੀਆਂ ਨੂੰ ਜਿਹੜੇ ਹਰ ਰੋਜ਼ ਆਪਣੇ ਘਰਾਂ ਦੇ ਵਿੱਚ ਅਤੇ ਗੁਰਦੁਆਰਾ ਸਾਹਿਬ 'ਚ ਅਰਦਾਸ ਕਰਦੇ ਅਤੇ ਗੁਰੂ ਨਾਨਕ ਲੇਵਾ ਲੋਕਾਂ। ਮੈਂ ਕਿਸੇ ਵਿਸ਼ੇਸ਼ ਇੰਡੀਵਿਜੁਅਲ ਨੂੰ ਜਾਂ ਕਿਸੇ ਇੱਕ ਪੋਲੀਟੀਕਲ ਜਮਾਤ ਨੂੰ ਇਹਦਾ ਕ੍ਰੈਡਿਟ ਨਹੀਂ ਦਿੰਦਾ। ਇਹ ਪਹਿਲਾਂ ਅਤੇ ਗੁਰੂ ਨਾਨਕ ਦੇਵ ਜੀ ਮਹਾਰਾਜ ਨੂੰ, ਉਹਨਾਂ ਦੇ ਨਾਮ ਲੇਵਾ ਨੂੰ ਅਤੇ ਕਰੋੜਾਂ ਪੰਜਾਬੀਆਂ ਨੂੰ ਅਤੇ ਸਿੱਖਾਂ ਨੂੰ ਜਿਹੜੇ ਹਰ ਰੋਜ਼ ਕਹਿੰਦੇ ਸੀ ਕਿ ਸਾਡੇ ਤੋਂ ਵਿਛੋੜੇ ਗਏ ਗੁਰਧਾਮਾਂ ਦੇ ਦਰਸ਼ਨ ਦਿਦਾਰੇ ਹੋ। ਅਸਲ ਜੇ ਲੱਖਾਂ ਕਰੋੜਾਂ ਕਿਸੇ ਨੂੰ ਲੋਕ ਫੋਲੋ ਕਰਦੇ ਨੇ, ਆਹੀ ਤਾਕਤ ਦਾ ਜ਼ਰੀਆ ਹੁੰਦਾ। ਬਾਕੀ ਤਾਂ ਇੰਸਟਰੂਮੈਂਟਸ ਨੇ ਸਾਰੇ, ਬਾਕੀ ਤਾਂ ਸਾਰੇ ਇੰਸਟਰੂਮੈਂਟਸ ਨੇ। ਉਹਦੇ ਵਿੱਚ ਗਵਰਨਮੈਂਟ ਆਫ ਇੰਡੀਆ ਵੀ ਇੰਸਟਰੂਮੈਂਟ ਸੀ, ਉਹਦੇ ਵਿੱਚ ਗਵਰਨਮੈਂਟ ਆਫ ਪਾਕਿਸਤਾਨ ਵੀ ਸੀ, ਉਹਦੇ ਵਿੱਚ ਹਿੰਦੂ ਪੰਜਾਬ ਦੀ ਗਵਰਨਮੈਂਟ ਦਾ ਵੀ ਚੰਗਾ ਰੋਲ ਸੀ। ਦੇਖੋ, ਸਾਰਿਆਂ ਨੇ ਨੁਮਾਇਆ ਰੋਲ ਕੀਤਾ। ਪੰਜਾਬ ਦੇ ਸਾਰੇ MLAs ਨੂੰ ਮੈਂ ਕ੍ਰੈਡਿਟ ਦੇਣਾ ਚਾਹੂੰਗਾ, ਕਿਉਂਕਿ ਸਾਰਿਆਂ ਨੇ ਸਰਬਸੰਮਤੀ ਦੇ ਨਾਲ ਜਦੋਂ ਅਸੈਂਬਲੀ ਸੈਸ਼ਨ ਹੋਇਆ ਸਾਰਿਆਂ ਨੇ ਮਤਾ ਕੀਤਾ। ਗਵਰਨਮੈਂਟ ਆਫ ਇੰਡੀਆ 'ਤੇ ਪ੍ਰੈਸ਼ਰ ਵਧਾਇਆ ਕਿ 550 ਸਾਲਾਂ ਜਿਹੜਾ ਇਹ ਆਉਣ ਵਾਲਾ, ਟਾਈਮ ਸਿਰ ਕੰਮ ਕੀਤਾ ਜਾਏ। ਉੱਧਰ ਗਵਰਨਮੈਂਟ ਆਫ ਪਾਕਿਸਤਾਨ ਨੇ ਵੀ ਇੱਕ ਢੰਗ ਦੇ ਨਾਲ ਉਸ ਟਾਈਮ ਮੌਕੇ ਸਿਰ ਉਹਨਾਂ ਨੇ ਵੀ ਇਸ ਗੱਲ ਦੀ ਪਹਿਲਕਦਮੀ ਕੀਤੀ। ਸੋ ਵਟ ਆਈ ਫੀਲ ਇਜ਼ ਇਹ ਬੇਸਿਕਲੀ ਸਾਰਿਆਂ ਨੂੰ ਜਾਂਦਾ ਇਹਦਾ ਕ੍ਰੈਡਿਟ। ਸੋ ਇਹ ਕੋਈ ਇੱਕ ਇੰਡੀਵਿਜੁਅਲ ਜਾਂ ਇੱਕ ਸਿਆਸੀ ਜਮਾਤ ਨੂੰ ਕਿਸੇ ਨੂੰ ਨਹੀਂ ਜਾਂਦਾ। ਲੈਟ ਅਸ ਗਿਵ ਕ੍ਰੈਡਿਟ ਟੂ ਐਵਰੀ ਸਿੰਗਲ ਪਰਸਨ। ਹਰ ਆਦਮੀ ਨੇ ਉਹਦੇ ਵਿੱਚ ਕੋਈ ਨਾ ਕੋਈ ਰੋਲ ਕੀਤਾ, ਕਿਸੇ ਨੇ ਵੱਡਾ ਕੀਤਾ, ਕਿਸੇ ਨੇ ਥੋੜ੍ਹਾ ਕੀਤਾ। ਜੀ, ਕਈ ਸਾਲਾਂ ਦੀ ਲਗਾਤਾਰ ਦੀ ਡਿਮਾਂਡ ਸੀ ਜਿਹੜੀ ਨੇਪਰੇ ਚੜ ਗਈ। ਬਾਜਵਾ ਵੇਲੇ ਕੁਵੇਲੇ ਕੈਪਟਨ ਸਰਕਾਰ ਦੀ ਨੁਕਤਾਚੀਨੀ ਕਰਦੇ ਨਜ਼ਰ ਆਉਂਦੇ ਨੇ। ਹਾਲਾਂਕਿ ਇੱਕ ਚਿੱਠੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਾਂ ਤੇ ਵੀ ਲਿਖੀ ਗਈ ਹੈ, ਜਿਸ ਵਿੱਚ ਕਿਹਾ ਹੈ ਕਿ ਕੇਂਦਰ ਸਰਕਾਰ ਕਿਸਾਨਾਂ ਦੇ ਹਿੱਤ 'ਚ ਸਰਦਰੁੱਤ ਇਜਲਾਸ ਦੇ ਸਮੇਂ 'ਚ 2 ਦਿਨ ਦਾ ਵਾਧਾ ਕਰੇ। ਦੂਜੇ ਪਾਸੇ ਹੁਣ ਬਾਜਵਾ ਦੀ ਇਹ ਸਿਆਸੀ ਚੂੰਡੀ ਕੈਪਟਨ ਸਰਕਾਰ 'ਤੇ ਕੀ ਅਸਰ ਕਰਦੀ ਹੈ, ਇਹ ਸਮਾਂ ਦੱਸੇਗਾ। ਬਿਊਰੋ ਰਿਪੋਰਟ, D5 ਚੈਨਲ, ਪੰਜਾਬੀ।